ਲੋਕ ਲੈ ਬਾਵੇ ਦੀ ਸਾਡੇ ਭਰਾ ਦੀ ਗੁਰੂ ਰੰਧਾਵੇ ਨਾਲ ਬਹੁਤ ਮਿੱਤਰਤਾ ਹੈ ਬੂਟ ਬਾਟ ਵੀ ਆਏ ਨੇ ਪਿੱਛੇ ਜਿਹੋ ਨੇ ਆਪਦੇ ਲਾਂਚ ਕੀਤੇ ਆ ਕੰਪਨੀ ਕੋਈ ਤਾਂ ਜਦੋਂ ਨੈਸ਼ਨਲ ਮੀਡੀਆ ਸਾਡੀ ਗੱਲ ਨਹੀਂ ਸੁਣਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਗੁਰੂ ਰੰਧਾਵੇ ਨੇ ਭਰਾ ਨੇ ਸਾਡੇ ਨੇ ਇੱਕ ਪੋਸਟ ਵੀ ਪਾਈ ਹੋਵੇ ਕੀ ਉਹ ਪੰਜਾਬ ਦਾ ਨਹੀਂ ਜੇ ਉਹ ਦਿੱਲੀ ਰਹਿਣ ਲੱਗਿਆ ਤਾਂ ਇਹਦਾ ਮਤਲਬ ਇਹ ਥੋੜੀ ਵੀ ਉਹਦੇ ਦਿਲ ਚੋਂ ਪੰਜਾਬ ਲਈ ਥਾਂ ਮੋਗ ਗਈ ਸਾਡੇ ਲਈ ਤਾਂ ਉਹ ਮੀਡੀਆ ਬਣ ਸਕਦਾ ਨਾ ਕਿਉਂਕਿ ਉਹਨੂੰ ਤਾਂ ਪਿੱਟ ਬੁੱਲ ਵੀ ਫੋਲੋ ਕਰਦਾ ਅੱਧਿਆਂ ਨੂੰ ਤਾਂ ਪਤਾ ਵੀ ਨਹੀਂ ਹੁੰਣਾ ਕੌਣ ਹੈ ਪਿੱਟ ਬੁੱਲ ਨੈਸ਼ਨਲ মিডিਆ ਉਹਨੂੰ ਫੋਲੋ ਕਰਦਾ ਮਾਰੇ ਚੈਨਲ ਨਾਲੋਂ ਵੱਡਾ ਦਾ ਗੁਰੂ ਰੰਧਾਵਾ ਜੇ ਚਾਰ ਪੋਸਟਾਂ ਪਾ ਦਿੰਦਾ ਲੋਕਾਂ ਦੀ ਅੱਖਾਂ ਖੁੱਲ੍ਹ ਜਾਣੀਆਂ ਸੀ ਵੀ ਇਹ ਹੋ ਕੀ ਗਿਆ ਤਾਂ ਤੁਸੀਂ ਉਹਨੂੰ ਕਹੋ ਨਾ ਮੈਸੇਜ ਕਰਕੇ ਕਿ ਭਰਾਵਾ ਤੂੰ ਗਰਦਾਸਪੁਰ ਦਾ ਲੋਕਲ ਐ ਤੂੰ ਚਲੋ ਹਰ ਇੱਕ ਬੰਦ ਦੀਆਂ ਮਜਬੂਰੀਆਂ ਨੇ ਨਹੀਂ ਆ ਸਕਦਾ ਅਸੀਂ ਨਹੀਂ ਕਹਿੰਦੇ ਸਾਡੇ ਨਾਲ ਇੱਥੇ ਆ ਕੇ ਲੋਕਲ ਲੜੇ ਪਰ ਬੋਲ ਤਾਂ ਸਕਦਾ ਹੈ ਬੋਲਣ ਲੱਗੇ ਤਾਂ ਕੀ ਮੁੱਲ ਲੱਗਦਾ ਅੱਜ ਬੱਚਾ-ਬੱਚਾ ਬੋਲਦਾ 14 ਸਾਲ ਦੇ ਨੌਜਵਾਨ ਤੋਂ ਲੈ ਕੇ 95 ਸਾਲ ਦਾ ਬਾਬਾ ਤੁਸੀਂ ਵੀਡੀਓ ਦੇਖੀ ਹੋਣੀ ਜੀ ਜੋ ਕਹਿੰਦਾ ਵੀ ਪੰਜ ਚਾਰਾਂ ਨੂੰ ਤਾਂ ਨਾਲ ਲੈ ਕੇ ਮਰੂੰਗਾ ਫਿਰ ਉਹਦੇ ਕੀ ਹੱਥਾਂ ਨੂੰ ਜਿੰਦਾ ਲੱਗਿਆ ਹੋਇਆ ਇੱਕ ਪੋਸਟੀ ਟਾਈਪ ਕਰਨੀ ਆ ਕਰ ਦਵੇ ਨਾ ਦੁਨੀਆ ਸੁਣੂਗੀ ਵੱਡੇ ਪੱਦਰ ਤੇ ਸੁਣੂਗੀ ਪਰ ਕਾਰਨ ਕੀ ਹੈ ਉਤੋਂ ਉਤੋਂ ਹੀ ਆ ਵੀ ਚੱਕ ਦੇਾਂਗੇ ਗੱਟ ਦੇਾਂਗੇ ਮਾਰ ਦੇਾਂਗੇ ਧਰ ਦੇਾਂਗੇ ਹੋਣਾ ਕੁਛ ਨਹੀਂ ਚੱਕਦੇ ਚੱਕਦੇ ਆ ਜੋ ਕੀ ਹੋਣਾ ਸਿਆਸੀ ਲੀਡਰਾਂ ਨੇ ਆਪਣਾ ਲਾਹਾ ਲੈ ਜਾਣਾ ਤੇ ਤੁਸੀਂ ਬਟੇਰੇ ਵਾਂਗੂ ਝਾਕਦੇ ਨੇ ਰਹਿ ਜਾਣਾ ਬੜੇ ਸ਼ਰਮ ਨਾਲ ਇਹ ਕਹਿਣਾ ਪੈਂਦਾ ਜੇ ਐਤਕੀ ਇਹ ਹੱਲਾ ਸਾਡੇ ਤੋਂ ਨਾ ਸੰਭਿਆ ਗਿਆ ਵੀਰੇ ਸਾਡੇ ਪੱਲੇ ਕੁਝ ਨਹੀਂ ਰਹਿਣਾ ਸੋ ਤਾਂ ਕਰਕੇ ਥੋੜਾ ਜਿਹਾ ਹੋਸ਼ ਰੱਖਣਾ ਜ਼ਰੂਰੀ ਹੈ ਨਾਲ ਸਾਨੂੰ ਇਹ ਮੋਰਚਾ ਤੁਸੀਂ ਇੱਥੇ ਲਾਇਆ ਧਰਨਾ ਲਾਇਆ ਧਰਨਿਆਂ ਦਾ ਮਾਹੌਲ ਪੰਜਾਬ ਸ਼ੁਰੂ ਹੋਇਆ